ਅੱਜ 6 ਜੂਨ ਹੈਗਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਅਹਿਮ ਦਿਨ ਮੰਨਿਆ ਜਾਂਦਾ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਆਪਣੀ ਮੁਕੇਰੀਆਂ ਦੀ ਸਮੁੱਚੀ ਟੀਮ ਜਥੇਬੰਦੀ ਨੂੰ ਸਤਿਕਾਰ ਕਮੇਟੀ ਨੂੰ ਸ਼ਾਮ ਸਿੰਘ ਜੀ ਹੋਰ ਸਾਡੇ ਸਿੰਘ ਨਾਲ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਅੱਜ 1984 6 ਜੂਨ ਅੱਜ ਦੇ ਦਿਨ ਸਾਡਾ ਇੱਕ ਸ਼੍ਰੋਮਣੀ ਅਕਾਲ ਤਖ਼ਤ ਜੋ ਕਿ 6ਵੇਂ ਪਾਤਸ਼ਾਹੀ ਨੇ ਵਸਾਇਆ ਹੋਇਆ ਸੀਗਾ ਉੱਥੋਂ ਬਹੁਤ ਉੱਚ ਕੋਟੀ ਦੇ ਜਿਹੜੇ ਫੈਸਲੇ ਲਏ ਜਾਂਦੇ ਸੀਗੇ ਧਰਮ ਦੇ ਫੈਸਲੇ ਜਿਹੜੇ ਉਹ ਲਏ ਜਾਂਦੇ ਸੀਗੇ ਭਾਰਤ ਸਰਕਾਰ ਨੇ ਉਸ ਟਾਈਮ ਦੀ ਭਾਰਤ ਸਰਕਾਰ ਨੇ ਉਸਨੂੰ ਢਹਿ ਢੇਰੀ ਕੀਤਾ ਸਾਡੇ ਕਾਫੀ ਸਿੰਘ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਉੱਥੇ ਜਿਹੜੇ ਸ਼ਹੀਦ ਹੋਏ ਰਾਜਪੁਰੇ ਦੇ ਵਿੱਚ ਸਾਡੇ ਸਿੰਘਾਂ ਨੇ ਜਿਹੜੇ ਉਹ ਸਿੱਖਾਂ ਦੇ ਖਿਲਾਫ ਜਿਹੜੇ ਆ ਉੱਥੇ ਪੋਸਟਰ ਲੱਗੇ ਹੋਏ ਸੀਗੇ ਉਹਨਾਂ ਨੂੰ ਤੈਸ਼ ਨਿਆਸ਼ ਕੀਤਾ ਗਿਆ ਵਾ ਅਸੀਂ ਉਹਨਾਂ ਨੂੰ ਉਹ ਵਧਾਈ ਦੇ ਪਾਤਰ ਨੇ ਅਤੇ ਇਸ ਕਰਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਵੀ ਭਾਈ ਸਾਹਿਬ ਖਾਸ ਕਰਕੇ ਸ਼ਿਵ ਸ਼ਾਨ ਵਾਲਿਆਂ ਨੂੰ ਅੱਗ ਨਾ ਲਾਇਆ ਕਰੋ ਤੁਸੀਂ ਆਪਣੇ ਧਰਮ ਦੇ ਵਿੱਚ ਜਿਸ ਦੀ ਮਰਜ਼ੀ ਪੂਜਾ ਕਰੋ ਜਿਸ ਮਰਜ਼ੀ ਦਾ ਸਤਿਕਾਰ ਦਾ ਤੁਸੀਂ ਸ਼ਹੀਦ ਦਾ ਤੁਸੀਂ ਮਨਾਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਜਦੋਂ ਅਸੀਂ ਨਹੀਂ ਕਿਸੇ ਦਾ ਕਿਸੇ ਧਰਮ ਦਾ ਨਿਖੇਧੀ ਕਰਦੇ ਨਾ ਅਸੀਂ ਤੁਹਾਨੂੰ ਕੋਈ ਟਾਰਗੇਟ ਕਰਦੇ ਹਾਂ ਜਿੱਥੋਂ ਤੁਸੀਂ ਸਾਨੂੰ ਟਾਰਗੇਟ ਕਰਦੇ ਹੋ ਉਹ ਸਾਡੇ ਸ਼੍ਰੋਮਣੀ ਨੇ ਸੰਤ ਜਰਨੈਲ ਸਿੰਘ ਜੀ ਸਾਡੇ ਸ਼੍ਰੋਮਣੀ ਨੇ ਅਸੀਂ ਉਹਨਾਂ ਦੇ ਦਿਨ ਦਿਹਾੜੇ ਵੀ ਮਨਾਉਣੇ ਆ ਉਹਨਾਂ ਦੀਆਂ ਸ਼ਰਟਾਂ ਵੀ ਪਾਉਣੀਆਂ ਆ ਉਹਨਾਂ ਦੀਆਂ ਫੋਟੋਆਂ ਗੱਡੀਆਂ 'ਤੇ ਵੀ ਲਾਉਣੀਆਂ ਮੈਂ ਠੀਕ ਹੈ ਜੀ ਅਤੇ ਇਸ ਕਰਕੇ ਸਾਨੂੰ ਇੱਦਾਂ ਦਾ ਕਦਮ ਚੱਕਣ 'ਤੇ ਮਜਬੂਰ ਨਾ ਕਰੋ ਕਿ ਜਿਹੜਾ ਸਾਡਾ ਵੀ ਨੁਕਸਾਨ ਹੋਵੇ ਅਤੇ ਤੁਹਾਡਾ ਵੀ ਨੁਕਸਾਨ ਹੋਵੇ ਇਸ ਕਰਕੇ ਸ਼ਾਂਤ ਆਪਣੇ ਘਰਾਂ 'ਚ ਰਹੋ ਆਪਣੇ ਮੰਦਰਾਂ 'ਚ ਜੋ ਤੁਸੀਂ ਕਰਨਾ ਚਾਹੁੰਦੇ ਹੋ 100 ਵਾਰੀ ਕਰੋ ਪਰ 37 ਸਾਲਾਂ ਬਾਅਦ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੀ ਗੋਲੀ ਲੱਗੀ ਸੀ ਅੱਜ ਉਹ ਗੋਲੀ ਵੀ ਦਰਬਾਰ ਸਾਹਿਬ ਮੌਜੂਦ ਹੈ ਉਹ ਅੱਜ 37 ਸਾਲਾਂ ਬਾਅਦ ਪਰਸੋਂ ਚੌਥ ਉਸੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਸੀਂ ਸਾਰੇ ਵਧਾਈ ਦੇ ਪਾਤਰ ਹਾਂ ਕਿ ਗੁਰੂ ਸਾਹਿਬ ਨੇ ਸ਼ਹੀਦ ਹੁੰਦਿਆਂ ਹੋਇਆਂ ਵੀ ਜਿਹੜੇ ਆਪਣੇ ਸਾਨੂੰ ਦੁਬਾਰਾ ਖੁੱਲ੍ਹੇ ਦਰਸ਼ਨ ਦਿੱਤੇ ਸਾਡੇ ਵੱਡੇ ਭਾਗ ਨੇ ਸੋਸ਼ਲ ਮੀਡੀਆ ਦਾ ਅੱਜ ਅਸੀਂ ਧੰਨਵਾਦ ਕਰਦੇ ਹਾਂ ਵੀ ਉਹਨਾਂ ਨੇ ਸੋਸ਼ਲ ਮੀਡੀਆ ਨੇ ਇਹ ਵਿਖਾਇਆ ਕਿ ਉਸੇ ਗੁਰੂ ਸਾਹਿਬ ਦੇ 37 ਸਾਲ ਬਾਅਦ ਸਾਨੂੰ ਜਿਹੜੇ ਨੇ ਉਹ ਦਰਸ਼ਨ ਹੋਣ ਨੂੰ ਮਿਲੇ ਨੇ ਅਸੀਂ ਫਿਰ ਵੀ ਸਤਿਕਾਰਯੋਗ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸਿੱਖਾਂ ਦਾ ਸਾਰੀਆਂ ਕੌਮਾਂ ਦਾ ਧੰਨਵਾਦ ਕਰਦੇ ਹਾਂ ਪਰ ਇੱਦਾਂ ਦੀ ਜਿਹੜੀ ਸ਼ਰਾਰਤੀ ਅਨਸਰ ਨੇ ਇਹਨਾਂ ਨੂੰ ਪ੍ਰਸ਼ਾਸਨ ਨੱਥ ਪਾਵੇ ਜੇ ਨਹੀਂ ਪਾਈ ਗਈ ਤਾਂ ਅਸੀਂ ਆਪਣੇ ਤੌਰ 'ਤੇ ਨੱਥ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ ਹੈਗਾ ਆ ਸਿੱਖ ਇਤਿਹਾਸ ਦੇ ਵਿੱਚ ਇੱਕ ਅਹਿਮ ਦਿਨ ਮੰਨਿਆ ਜਾਂਦਾ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੋ ਭਾਰਤੀ ਫੌਜ ਨੇ ਸਾਡੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ ਅੱਜ ਉਹ ਦਿਨ ਅਸੀਂ ਸਾਰੇ ਜਗਤ ਵਿੱਚ ਉਹ ਅੱਜ ਮਨਾ ਰਹੇ ਆ ਸੋ ਕਿਤੇ ਕਿਤੇ ਜਿਹੜੇ ਸ਼ਰਾਰਤੀ ਅਨਸਰ ਆ ਸ਼ਿਵ ਸੈਨਾ ਵਾਲੇ ਸਾਡੇ ਸੰਤਾਂ ਦੇ ਸਾਡੇ ਸ਼ਹੀਦ ਸਿੰਘਾਂ ਦੇ ਜੋ ਵੱਖਰੇ ਵੱਖਰੇ ਕੱਲ੍ਹ ਦੇ ਉਹਨਾਂ ਨੇ ਬਿਆਨ ਦਿੱਤੇ ਸੀਗੇ ਕਿ ਅਸੀਂ ਮੁਕੇਰੀਆਂ ਵਿੱਚ ਜਾਂ ਦਸੂਹੇ ਵਿੱਚ ਜਾਂ ਟਾਂਡੇ ਵਿਖੇ ਇਹਨਾਂ ਦੇ ਪੁਤਲੇ ਆਪਾਂ ਸਾੜਾਂਗੇ ਸੋ ਅੱਜ ਸਾਰੇ ਸਾਡੇ ਮੁਕੇਰੀਆਂ ਤੋਂ ਸਿੱਖ ਜਥੇਬੰਦੀਆਂ ਸਾਰੇ ਵੀਰ ਆਪਾਂ ਇੱਥੇ ਜੋ ਮੁਕੇਰੀਆਂ ਰੈਸਟ ਹਾਊਸ ਲਾਗੇ ਖੜ੍ਹੇ ਹਾਂ ਸਾਨੂੰ ਇੱਥੇ ਪਤਾ ਲੱਗਾ ਆ ਕਿ ਅੱਜ ਇੱਥੇ ਨੇ ਸੰਤਾਂ ਦੇ ਪੁਤਲੇ ਫੁੱਕਣੇ ਆਪਾਂ ਇੱਥੇ ਖੜ੍ਹੇ ਹਾਂ ਬਿਲਕੁਲ ਆਪਾਂ ਸ਼ਿਵ ਸੈਨਾ ਨੂੰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਬੰਦੇ ਬੰਦੇ ਬਣ ਜਾਓ ਬੰਦੇ ਆਪਾਂ ਅੱਜ ਵੀ ਇਹਨਾਂ ਦੇ ਜੋ ਸ਼ਹੀਦ ਸਿੰਘ ਸਾਡੇ ਆ ਆਪਾਂ ਆਪਣੀਆਂ ਜਾਨਾਂ ਕੁਰਬਾਨ ਕਰਨ ਨੂੰ ਅੱਜ ਵੀ ਇਹਨਾਂ ਦੇ ਖੜ੍ਹੇ ਹਾਂ ਜਿਹੜਾ ਵੀ ਸਾਡੇ ਸ਼ਹੀਦ ਸਿੰਘਾਂ ਦਾ ਜਾਂ ਸੰਤਾਂ ਦਾ ਜਾਂ ਹੋਰ ਸਾਡੇ ਸ਼ਹੀਦ ਸਿੰਘਾਂ ਦਾ ਕੋਈ ਪੁਤਲਾ ਫੂਕਣ ਦੀ ਕੋਸ਼ਿਸ਼ ਕਰਾਂਗੇ ਤਾਂ ਆਪਾਂ ਬਿਲਕੁਲ ਜਿਹੜੀਆਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਸਾਡੇ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਬੜੇ ਸਾਡੇ ਸਤਿਕਾਰਯੋਗ ਆ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸੋ ਕਈ ਸ਼ਰਾਰਤੀ ਅਨਸਰਾਂ ਨੇ ਜਿੱਦਾਂ ਅੰਮ੍ਰਿਤਸਰ ਵਿਖੇ ਜਾਂ ਹੋਰ ਇਹਨਾਂ ਦੇ ਇੰਦਰਾ ਗਾਂਧੀ ਦੇ ਬੇਅੰਤ ਸਿੰਘ ਵਰਗਿਆਂ ਦੇ ਜਿਨ੍ਹਾਂ ਨੇ ਸਾਡੇ ਸਿੱਖਾਂ ਦਾ ਕਤਲੇਆਮ ਕਰਾਇਆ ਉਹਨਾਂ ਦੇ ਵੋਟ ਲੱਗੇ ਆ ਸੋ ਰਾਜਪੁਰ ਵਾਲੇ ਸਾਡੇ ਸਿੰਘਾਂ ਨੇ ਉਹ ਪੋਸਟਰ ਉਹ ਪਾੜ ਦਿੱਤੇ ਸੀ ਅਤੇ ਬਹੁਤ ਵਧੀਆ ਕੀਤਾ ਆਪਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਡੇ ਜਿਹੜੇ ਸਿੰਘਾਂ ਦੇ ਆ ਕੋਈ ਵੀ ਉਹ ਪਰਚਾ ਨਾ ਕੀਤਾ ਜਾਵੇ ਸੋ ਧੰਨਵਾਦ ਆ ਸਾਰੇ ਵੀਰਾਂ ਦਾ ਇੱਥੇ ਅਤੇ ਸੋ ਆਪਾਂ ਅੱਜ ਮੁਕੇਰੀਆਂ ਵਿੱਚ ਖੜ੍ਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ